ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੀ ਸਾਰਿਆਂ ਦਾ ਸਾਡੇ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਲਈ ਐਜੂਕੇਸ਼ਨ ਰਿਲੇਟਿਡ ਵੀਡੀਓਸ ਅਤੇ ਅਪਡੇਟਸ ਲੈ ਕੇ ਆਉਂਦੇ ਰਹਿੰਦੇ ਹਾਂ, ਜਿਸ ਨਾਲ ਤੁਹਾਡੀ ਸਹਾਇਤਾ ਹੋ ਸਕੇ। ਅੱਜ ਅਸੀਂ ਤੁਹਾਡੇ ਲਈ ਕਲਾਸ 5th ਦਾ ਪੰਜਾਬੀ ਦਾ ਮਾਡਲ ਟੈਸਟ ਪੇਪਰ ਲੈ ਕੇ ਆਏ ਹਾਂ, ਜਿਸ ਨੂੰ ਸੋਲਵ ਕਰਕੇ ਤੁਸੀਂ ਆਪਣੇ ਪੇਪਰਾਂ ਵਿੱਚ ਤਿਆਰੀ ਦੇਖ ਸਕਦੇ ਹੋ। ਇਹ ਕੁੱਲ 3 ਘੰਟਿਆਂ ਦਾ ਹੋਵੇਗਾ ਅਤੇ ਇਸ ਲਈ ਤੁਹਾਨੂੰ ਟੋਟਲ ਮਾਰਕਸ 80 ਹੋਣਗੇ। ਇਹ ਪੇਪਰ ਵਿੱਚ ਤੁਹਾਡਾ ਪੈਟਰਨ ਉਸ ਤਰ੍ਹਾਂ ਰਹੇਗਾ ਜਿਸ ਤਰ੍ਹਾਂ ਤੁਹਾਡਾ ਅਸਲੀ ਪੇਪਰ ਆਵੇਗਾ। ਤੁਹਾਨੂੰ ਇਸ ਕੁਐਸਚਨ ਪੇਪਰ ਵਿੱਚ ਕੁੱਲ 11 ਕੁਐਸਚਨ ਮਿਲ ਜਾਂਦੇ ਹਨ, ਜਿਸ ਵਿੱਚੋਂ ਪਹਿਲੇ ਕੁਐਸਚਨ ਵਿੱਚ ਸਾਨੂੰ ਇੱਕ ਪੈਰਾ ਦਿੱਤਾ ਗਿਆ ਹੈ ਅਤੇ ਉਸਨੂੰ ਤੁਸੀਂ ਪੜ੍ਹ ਕੇ ਨੀਚੇ ਹੇਠਾਂ ਦਿੱਤੇ ਕੁਐਸਚਨਸ ਨੂੰ ਸੋਲਵ ਕਰਨਾ ਹੈ। ਹਰੇਕ ਕੁਐਸਚਨ ਇਹ ਪੈਰਾ 10 ਨੰਬਰਾਂ ਦਾ ਹੈ। ਤੁਹਾਨੂੰ 5 ਕੁਐਸਚਨ ਦਿੱਤੇ ਜਾਂਦੇ ਹਨ, 5ਵੇਂ ਦੇ 2 ਆਪਸ਼ਨ, ਇਹਦਾ ਮਤਲਬ ਪਹਿਲੇ 4 ਕੁਐਸਚਨ 2-2 ਨੰਬਰਾਂ ਦੇ ਅਤੇ 5ਵਾਂ ਕੁਐਸਚਨ ਦੇ ਜਿਹੜੇ ਟਰੂ ਫਾਲਸ ਹਨ ਉਹ 1-1 ਨੰਬਰ ਦਾ ਹੋਵੇਗਾ। ਅਗਲੇ ਕੁਐਸਚਨ ਵਿੱਚ ਤੁਹਾਨੂੰ ਪ੍ਰਸ਼ਨ ਦਿੱਤੇ ਜਾਂਦੇ ਹਨ ਜਿਨ੍ਹਾਂ ਦਾ ਤੁਸੀਂ ਉੱਤਰ 1 ਅੰਕ ਵਿੱਚ ਦੇਣਾ ਹੈ। ਇਹਨਾਂ ਵਿੱਚੋਂ ਬਹੁਤ ਹੀ ਸਾਰੇ ਕੁਐਸਚਨ ਐਮ ਸੀ ਕਿਊਜ਼ ਦੇ ਹਨ, ਲਗਭਗ ਸਾਰੇ ਹੀ ਕੁਐਸਚਨ ਐਮ ਸੀ ਕਿਊਜ਼ ਹਨ। ਦੂਜੇ ਕੁਐਸਚਨ ਦੇ 16 ਪਾਰਟ ਹਨ ਅਤੇ ਹਰੇਕ ਕੁਐਸਚਨ 1-1 ਨੰਬਰ ਦਾ ਹੈ, ਮਤਲਬ ਦੂਜਾ ਕੁਐਸਚਨ 16 ਅੰਕਾਂ ਦਾ। ਤੀਜੇ ਕੁਐਸਚਨ ਵਿੱਚ ਸਾਨੂੰ ਤੁਹਾਡੇ ਚੈਪਟਰਸ ਦੇ ਰਿਲੇਟਡ ਕੁਐਸਚਨ ਦਿੱਤੇ ਗਏ ਹਨ, ਉਹ ਤੁਸੀਂ ਪੜ੍ਹ ਕੇ ਉਹਨਾਂ ਦਾ ਹੱਲ ਕਰਨਾ ਹੈ। ਤੁਹਾਨੂੰ ਟੋਟਲ 8 ਕੁਐਸਚਨ ਦਿੱਤੇ ਜਾਣਗੇ ਅਤੇ ਹਰੇਕ ਕੁਐਸਚਨ 2-2 ਨੰਬਰਾਂ ਦਾ ਹੋਵੇਗਾ, ਮਤਲਬ ਤੀਜਾ ਕੁਐਸਚਨ ਵੀ 16 ਅੰਕਾਂ ਦਾ। ਫਿਰ ਤੁਹਾਨੂੰ ਅਗਲੇ ਕੁਐਸਚਨ ਵਿੱਚ ਤੁਹਾਨੂੰ ਸ਼ਬਦ ਦਿੱਤੇ ਜਾਣਗੇ ਜਿਨ੍ਹਾਂ ਦੇ ਤੁਸੀਂ ਅਰਥ ਸਪਸ਼ਟ ਕਰਨੇ ਹੋਣਗੇ, ਉਹ ਹਰੇਕ ਅਰਥ ਤੁਹਾਡਾ 1-1 ਨੰਬਰ ਦਾ ਹੋਵੇਗਾ। ਫਿਰ ਤੁਹਾਨੂੰ 2 ਸ਼ਬਦ ਦਿੱਤੇ ਜਾਣਗੇ ਅਗਲੇ ਕੁਐਸਚਨ ਵਿੱਚ ਜਿਸ ਨੂੰ ਤੁਸੀਂ ਵਾਕਾਂ ਵਿੱਚ ਪ੍ਰਯੋਗ ਕਰਨਾ ਹੋਵੇਗਾ। ਹਰੇਕ ਵਾਕ ਤੁਹਾਡਾ 2 ਨੰਬਰਾਂ ਦਾ ਹੋਵੇਗਾ, ਮਤਲਬ ਇਹ ਕੁਐਸਚਨ ਤੁਹਾਡਾ 4 ਨੰਬਰਾਂ ਦਾ। ਫਿਰ ਤੁਹਾਨੂੰ ਤਸਵੀਰਾਂ ਦਿੱਤੀਆਂ ਜਾਣਗੀਆਂ, 3 ਦਿੱਤੀਆਂ ਜਾ ਸਕਦੀਆਂ, 4 ਦਿੱਤੀਆਂ ਜਾ ਸਕਦੀਆਂ। ਤੁਸੀਂ ਉਹਨਾਂ ਨੂੰ ਪਛਾਣਨਾ ਹੋਵੇਗਾ ਵੀ ਇਹ ਕੌਣ ਹਨ, ਅਤੇ ਇਹ 3 ਨੰਬਰ ਦਾ ਹੋਵੇਗਾ, ਮਤਲਬ ਇੱਕ ਤਸਵੀਰ 1 ਨੰਬਰ ਦੀ। ਅੱਗੇ ਕੁਐਸਚਨ ਵਿੱਚ ਸਾਨੂੰ ਕਾਫ ਸਤਰਾਂ ਬਣਾਉਣ ਲਈ ਕਿਹਾ ਜਾਵੇਗਾ, ਅਤੇ 1-2 ਨੰਬਰ ਦੇ ਹੋਣਗੇ। ਫਿਰ ਅਗਲੇ ਤੁਹਾਨੂੰ ਇੱਕ ਵਾਕ ਦਿੱਤਾ ਜਾਵੇਗਾ ਜਿਨ੍ਹਾਂ ਤੁਸੀਂ ਲਿੰਗ ਬਦਲ ਕੇ ਲਿਖਣੇ ਹੋਣਗੇ, ਇਹ 2 ਨੰਬਰਾਂ ਦਾ ਹੋ ਜਾਵੇਗਾ। ਅਤੇ ਫਿਰ ਅਗਲੇ ਵਿੱਚ 9ਵੇਂ ਪ੍ਰਸ਼ਨ ਵਿੱਚ ਤੁਹਾਨੂੰ ਇੱਕ ਚਿੱਤਰ ਦਿੱਤਾ ਹੋਵੇਗਾ, ਉਸ ਦੀਆਂ ਤੁਸੀਂ ਉਸਨੂੰ ਪਹਿਚਾਣ ਕੇ ਉਸ ਬਾਰੇ ਸੋਚ ਕੇ ਉਸ ਬਾਰੇ ਲਿਖਣਾ ਹੋਵੇਗਾ, ਇਹ ਚਿੱਤਰ 7 ਨੰਬਰਾਂ ਦਾ ਹੋਵੇਗਾ। ਫਿਰ ਤੁਹਾਨੂੰ ਅਰਜੀ ਲਿਖਣੀ ਲਈ ਕਿਹਾ ਜਾਵੇਗਾ, ਤੁਹਾਨੂੰ ਜ਼ਿਆਦਾਤਰ ਮੁੱਖ ਅਧਿਆਪਕ ਨੂੰ ਅਰਜੀ ਲਿਖਣ ਲਈ ਕਿਹਾ ਜਾਂਦਾ ਹੈ, ਅਤੇ ਇਹ ਅਰਜੀ 8 ਨੰਬਰ ਦੀ ਹੋਵੇਗੀ। ਆਖਰੀ ਕੁਐਸਚਨ ਵਿੱਚ ਤੁਸੀਂ ਤੁਹਾਨੂੰ ਕੋਈ ਵੀ 2 ਟੋਪਿਕ ਦਿੱਤੇ ਹੋਣਗੇ ਅਤੇ ਤੁਸੀਂ ਉਹਨਾਂ 'ਚੋਂ ਕਿਸੇ ਵੀ 1 ਬਾਰੇ ਲੇਖ ਲਿਖਣਾ ਹੋਵੇਗਾ ਜੋ ਕਿ 8 ਨੰਬਰ ਦਾ ਹੋਵੇਗਾ, ਅਤੇ ਇਸੇ ਤਰ੍ਹਾਂ ਤੁਹਾਡੇ ਕੁਐਸਚਨ ਪੇਪਰ ਦਾ ਅੰਤ ਹੋ ਜਾਂਦਾ ਹੈ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਲਾਈਕ ਦਾ ਬਟਨ ਦਬਾਓ, ਅਤੇ ਇਸੇ ਤਰ੍ਹਾਂ ਹੋਰ ਅਪਡੇਟ ਸਭ ਤੋਂ ਪਹਿਲਾਂ ਪਾਉਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ। ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਤੁਹਾਡੇ ਨਾਲ ਤੁਹਾਡੇ ਹੋਰ ਸਾਥੀਆਂ ਦੀ ਵੀ ਸਹਾਇਤਾ ਹੋ ਸਕੇ। ਤੁਸੀਂ ਹੋਰ ਸਬਜੈਕਟਸ ਦੇ ਜੇਕਰ ਕੁਐਸਚਨ ਪੇਪਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ। ਅਸੀਂ ਹੋਰ ਸਬਜੈਕਟਸ ਦੇ ਵੀ ਕੁਐਸਚਨ ਪੇਪਰ ਜਾਂ ਮਾਡਲ ਟੈਸਟ ਪੇਪਰ ਅਪਲੋਡ ਕਰਨ ਦੀ ਜਲਦ ਕੋਸ਼ਿਸ਼ ਕਰ ਰਹੇ ਹਾਂ। ਧੰਨਵਾਦ।